मूवी का नाम है जी साख। साख मतलब रिश्ता। रिश्तों के जदों भी साख की गल चलती है तो हमेशा कुड़मां की गल चलती है, क्योंकि लड़की के फादर साहब और लड़के के फादर साहब उन्होंने दोनों का जो आपस से साख जुड़ता है उन्होंने कुड़म कहा जाता है। तो जिवें पहला असी लड़की के फादर के नाल गल की, तो हुण गल करते हैं लड़के के फादर नाल। तो मेरे नाल है जी फीचर मूवीज़, शॉर्ट मूवीज़, थिएटर, पंजाबी सोंग्स दे विच एक बहुत नामना खट्टन वाली हस्ती जिन्होंने जलंधर दूरदर्शन पर भी काम किया और बहुत सारा काम किया। मेरे नाल ने जी किसी जान पहचान के मुहताज नहीं, मेरी मुराद है जी सुखबीर जी तो गलबात करते हैं उन्होंने नाल। सत श्री अकाल सुखबीर जी। सत श्री अकाल जी। ਸਾਨੂੰ ਬਹੁਤ ਬਹੁਤ ਮੁਬਾਰਕਾਂ ਨੇ ਜੀ ਨਵੇਂ ਸਾਲ ਦੀਆਂ, ਤੇ ਉਹਦੇ ਨਾਲ ਨਾਲ ਤੁਹਾਡੀ ਸਾਥ ਮੂਵੀ ਦੇ ਲਈ ਬੈਸਟ ਵਿਸ਼ੇਸ ਹੈ ਜੀ। ਤੁਹਾਨੂੰ ਵੀ ਔਰ ਤੁਹਾਡੀ ਸਾਰੀ ਟੀਮ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ, ਔਰ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਥੇ ਸੈੱਟ ਤੇ ਆ ਕੇ ਸਾਡੇ ਕਲਾਕਾਰਾਂ ਦੇ ਨਾਲ ਜਾਣ ਪਛਾਣ ਕਰ ਰਹੇ ਹੋ ਔਰ ਦਰਸ਼ਕਾਂ ਨੂੰ ਕਰਵਾ ਰਹੇ ਹੋ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਤੁਸੀਂ ਸਾਥ ਮੂਵੀ ਕਰ ਰਹੇ ਹੋ, ਸਾਥ ਮੂਵੀ ਦੇ ਵਿੱਚ ਤੁਸੀਂ ਲੜਕੇ ਦੇ ਫਾਦਰ ਦਾ ਕਰੈਕਟਰ ਪਲੇ ਕਰ ਰਹੇ ਹੋ, ਔਰ ਆਪਣੇ ਕਰੈਕਟਰ ਬਾਰੇ ਕੁਝ ਦੱਸਣਾ ਚਾਹੁੰਦੇ? ਮੇਰਾ ਕਰੈਕਟਰ ਇਹ ਹੈ ਕਿ ਲੜਕਾ ਜਿਹੜਾ ਉਹ ਮੇਰਾ ਫੌਜੀ ਹੈ, ਔਰ ਉਹਦਾ ਰਿਸ਼ਤਾ ਜਿਹੜਾ ਉਹ ਅਸੀਂ ਕਰ ਦਿੰਦੇ ਹਾਂ ਆਪਣੇ ਇੱਕ ਨੰਬਰਦਾਰ ਸਾਹਿਬ ਨੇ ਬੜੇ ਕਹਿੰਦੇ ਕਹਾਉਂਦੇ। ਹੁਣ ਮਸਲਾ ਇਹ ਹੁੰਦਾ ਕਿ ਉਹਨਾਂ ਨੂੰ ਇਹ ਪਸੰਦ ਨਹੀਂ ਆ ਕਿ ਲੜਕਾ ਜਿਹੜਾ ਆ ਉਹ ਆਰਮੀ 'ਚ ਹੋਵੇ ਜਾਂ ਫੌਜੀ ਹੋਵੇ। ਉਹ ਫਿਰ ਲੜਕਾ ਔਰ ਸਾਰੀ ਉਹਦੀ ਟੀਮ ਰਲ ਕੇ ਅਤੇ ਉਹਨਾਂ ਤੋਂ ਇਹ ਓਹਲਾ ਰੱਖਦੇ ਨੇ ਕਿ ਮੈਂ ਫੌਜੀ ਨਹੀਂ, ਪਰ ਸਾਨੂੰ ਨਹੀਂ ਪਤਾ ਇਸ ਗੱਲ ਦਾ, ਅਸੀਂ ਉਸ ਹਿਸਾਬ ਨਾਲ ਚੱਲਦੇ ਹਾਂ। ਉਹ ਸਾਰਾ ਵਿਆਹ ਵੀ ਹੁੰਦਾ, ਪਰ ਵਿਆਹ ਦੇ ਵਿੱਚ ਫਿਰ ਜਿਸ ਤਰ੍ਹਾਂ ਜਾ ਕੇ ਭੇਤ ਖੁੱਲਦਾ ਉਹ ਸਾਰਾ ਕੁਛ ਤਾਂ ਫਿਰ ਤੁਹਾਨੂੰ ਫਿਲਮ 'ਚ ਮਜ਼ਾ ਆਏਗਾ ਦੇਖਣ ਦਾ, ਇੱਦਾਂ ਦੱਸਣ 'ਚ ਮਜ਼ਾ ਨਹੀਂ ਆਏਗਾ। ਜੀ ਬਿਲਕੁਲ ਬਿਲਕੁਲ ਬਿਲਕੁਲ, ਕੋਈ ਗੱਲ ਨਹੀਂ ਜੀ, ਅਸੀਂ ਖੁਦ ਵੀ ਔਰ ਦਰਸ਼ਕ ਵੀ ਸਾਰੇ ਮੂਵੀ ਦੇਖਣਗੇ। ਬਹੁਤ ਬਹੁਤ ਬੈਸਟ ਵਿਸ਼ਸ ਨੇ ਮੂਵੀ ਦੇ ਲਈ। ਤੁਹਾਡੀ ਪਰਸਨਲ ਲਾਈਫ ਬਾਰੇ ਜਾਣਨਾ ਚਾਹਾਂਗੀ, ਤੁਹਾਡਾ ਜਨਮ, ਤੁਹਾਡੀ ਐਜੂਕੇਸ਼ਨ, ਉਹਦੇ ਨਾਲ ਨਾਲ ਤੁਹਾਡਾ ਐਕਸਪੀਰੀਅੰਸ ਤਾਂ ਬਹੁਤ ਜ਼ਿਆਦਾ ਆ, ਪਰ ਫਿਰ ਵੀ ਤੁਸੀਂ ਸਾਡੇ ਪੰਜਾਬ ਦੇ ਬਹੁਤ ਹੀ ਵੱਡੇ ਥੀਏਟਰਿਸਟ ਹੋਏ ਨੇ ਸਰਦਾਰ ਗੁਰਸ਼ਰਨ ਸਿੰਘ ਹੋਰੀ, ਮੈਂ ਉਹਨਾਂ ਦੇ ਨਾਲ ਥੀਏਟਰ ਸਟਾਰਟ ਕੀਤਾ 77 ਦੇ ਵਿੱਚ। ਮੈਂ ਦੂਰਦਰਸ਼ਨ ਦਿੱਲੀ ਅਪਰੂਵ ਹੋ ਗਿਆ, ਫਿਰ ਦਿੱਲੀ ਨਾਟਕ ਸ਼ੁਰੂ ਹੋ ਗਿਆ, 82 'ਚ ਮੈਂ ਆਲ ਇੰਡੀਆ ਰੇਡੀਓ 'ਤੇ ਅਪਰੂਵ ਹੋ ਗਿਆ, ਫਿਰ ਮੇਰੇ ਨਾਲ ਨਾਲ ਰੇਡੀਓ 'ਚ ਵੀ ਨਾਟਕ ਸ਼ੁਰੂ ਹੋ ਗਏ, 90 ਤੋਂ ਮੈਂ ਫਿਲਮਾਂ 'ਚ ਵੀ ਸ਼ੁਰੂ ਹੋ ਗਿਆ, ਬਸ ਉਦੋਂ ਤੋਂ ਬਸ ਕੰਟੀਨਿਊ ਚੱਲ ਰਿਹਾ ਆ। ਇਹ ਸਾਰੀਆਂ ਚਾਰੇ ਵਿਧਾਂ ਦੇ ਵਿੱਚ ਕੰਮ ਕਰ ਰਹੇ ਹਾਂ ਜੀ। ਮਤਲਬ ਤੁਸੀਂ ਆਲ ਰਾਊਂਡਰ ਹੋ, ਸਾਰੇ ਪਾਸੇ ਸ਼ਾਹ ਜਾਂਦੇ ਹੋ, ਕਮਾਲ ਕਰ ਜਾਂਦੇ ਹੋ, ਚਾਹੇ ਸ਼ਾਰਟ ਮੂਵੀ ਹੈ ਚਾਹੇ ਫੀਚਰ ਮੂਵੀ ਹੈ ਜੀ। ਤੁਸੀਂ ਕਾਫੀ ਪੰਜਾਬੀ ਸੌਂਗਸ ਵੀ ਕੀਤੇ? ਹਾਂਜੀ, ਮੈਂ ਤਕਰੀਬਨ 400-500 ਸੌਂਗ ਹੋਏਗਾ ਕੀਤਾ, ਕਿਉਂਕਿ ਮੈਂ ਸਭ ਤੋਂ ਫਸਟ ਸੌਂਗ ਜਿਹੜਾ ਕੀਤਾ ਸੀ ਉਦੋਂ ਹਰਭਜਨ ਮਾਨ ਦਾ ਸਭ ਤੋਂ ਪਹਿਲਾ ਸੌਂਗ ਆਇਆ ਸੀ ਚਿੱਠੀ ਨਹੀਂ ਚਿੱਠੀ ਹੈ, ਹੰਝੂਆਂ ਨਾਲ ਲਿਖਿਆ, ਮੈਂ ਉੱਥੋਂ ਸ਼ੁਰੂ ਹੋਇਆ ਸੀ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਤਕਰੀਬਨ। ਤੁਸੀਂ ਕਿਸੇ ਨਾ ਕਿਸੇ ਆਨੇ ਬਹਾਨੇ ਸਕਰੀਨ ਤੇ ਸ਼ਾਇਰ ਰਹਿੰਦੇ ਹੋ, ਹਰ ਸਕਰੀਨ ਤਾਂ ਬਸ ਤੁਹਾਡਾ ਚਿਹਰਾ ਨਜ਼ਰ ਆਉਂਦਾ ਹੀ ਰਹਿੰਦਾ, ਚਾਹੇ ਉਹ ਗੀਤ ਹੋਵੇ ਜਾਂ ਫਿਲਮ ਹੋਵੇ। ਗੱਲ ਇਹ ਜੀ ਕਿ ਜਦੋਂ ਮੈਂ ਇਸ ਫੀਲਡ 'ਚ ਆਇਆ ਤਾਂ ਮਨ ਬਣ ਗਿਆ ਮੇਰਾ ਕਿ ਮੈਂ ਇਸ ਫੀਲਡ 'ਚ ਆਇਆ ਦੀ ਪ੍ਰੋਫੈਸ਼ਨਲੀ ਕੰਮ ਕਰਨਾ, ਫਿਰ ਮੈਂ ਹੋਰ ਕੁਛ ਨਹੀਂ ਕੀਤਾ। ਅੱਛਾ ਨਾ, ਮੈਨੂੰ 47 ਸਾਲ ਹੋ ਗਏ ਨੇ ਇਸ ਫੀਲਡ ਦੇ ਵਿੱਚ, ਮੈਂ ਫੁੱਲ ਟਾਈਮ ਮਰੀਜ਼ਰੀ ਕੰਮ ਕਰ ਰਿਹਾ। ਆਪਣੀ ਫੈਮਿਲੀ ਨੂੰ ਕਿੱਦਾਂ ਟਾਈਮ ਦਿੰਦੇ ਹੋ, ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਫੈਮਿਲੀ ਵੀ ਔਰ ਵਰਕ ਵੀ? ਪਹਿਲਾਂ ਤਾਂ ਗੱਲ ਹੋਰ ਸੀ, ਹੁਣ ਬੱਚੇ ਵੱਡੇ ਹੋ ਗਏ, ਬਹਿ ਗਏ, ਹੁਣ ਉਹ ਆਪਣੇ ਥਾਂ ਨੇ, ਪਰ ਹੁਣ ਵੀ ਜਿੰਨਾ ਕਿ ਇੱਧਰੋਂ ਟਾਈਮ ਮਿਲਦਾ ਉਹਨਾਂ ਨੂੰ ਫੈਮਿਲੀ ਨੂੰ ਦੇ ਦੇਈਦਾ, ਬਾਕੀ ਬਹੁਤਾ ਟਾਈਮ ਮੈਂ ਇਸ ਫੀਲਡ 'ਚ ਹੀ ਹਾਂ। ਅੱਛਾ, ਜ਼ਿਆਦਾ ਟਾਈਮ ਤੁਸੀਂ ਇਸ ਫੀਲਡ 'ਚ ਹੀ ਦੇਣੇ? ਹਾਂਜੀ ਹਾਂਜੀ। ਅਪਰੋਕਸੀਮੇਟਲੀ ਨੀਅਰ ਅਬਾਊਟ ਕਿੰਨੀ ਮੂਵੀਜ਼ ਕਰ ਚੁੱਕੇ ਹੋ ਹੁਣ? ਤਕਰੀਬਨ ਮੈਂ ਮੂਵੀਜ਼ 30 ਕੀਤੀਆਂ ਹੋਣਗੀਆਂ। ਹਾਂਜੀ, ਜਿਹਦੇ ਵਿੱਚ ਆਪਣੇ ਮੇਰਾ ਪਿੰਡ ਮਾਈ ਹੋਮ, ਉਹਦੇ ਵਿੱਚ ਮੈਂ ਹਰਭਜਨ ਮਾਨ ਔਰ ਗੁੱਗੂ ਗਿੱਲ ਦੇ ਫਾਦਰ ਦਾ ਕਿਰਦਾਰ ਕੀਤਾ ਸੀ, ਕੌਮ ਦੇ ਹੀਰੇ, ਫਿਰ ਆਪਣਾ ਤੂਫਾਨ ਸਿੰਘ, ਕੁਦੇਸਣ, ਜ਼ੋਰਾਵਰ, ਤਕਰੀਬਨ 30 ਫਿਲਮਾਂ ਹੈਗੀਆਂ ਨੇ, ਹੁਣ ਵੀ 4 ਫਿਲਮਾਂ ਸੈੱਟ 'ਤੇ ਨੇ। ਹਾਂ, ਇਹਦੇ ਨਾਲ ਕਰ ਰਹੇ ਹਾਂ। ਜੀ ਬਿਲਕੁਲ। ਇਹ ਸੀ ਸਾਡੇ ਨਾਲ ਸੁਖਬੀਰ ਜੀ। ਸੋ ਸੁਖਬੀਰ ਜੀ ਦੀ ਲਾਈਫ ਔਰ ਮੂਵੀ ਦੇ ਬਾਰੇ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕੀਤੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ।